ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਪੰਜਾਬ ਟਾਈਮ ਸ਼ਾਤਰ ਚੋਰਾਂ ਦਾ ਕਾਰਨਾਮਾ ਮਿੰਟਾਂ ਸਕਿੰਟਾਂ ਦੇ ਵਿੱਚ ਰੇੜੀ ਤੋਂ 50 ਕਿਲੋ ਚੀਨੀ ਦਾ ਥੈਲਾ ਚੋਰੀ ਕਰਕੇ ਹੋਏ ਰੱਫੂ ਚੱਕਰ ਘਟਨਾ ਹੋਈ ਸੀਸੀਟੀਵੀ ਦੇ ਵਿੱਚ ਕੈਦ ਜਿਵੇਂ ਕਿ ਤੁਸੀਂ ਆਏ ਦਿਨ ਦੇਖਦੇ ਹੀ ਹੋ ਕਿ ਸੂਬੇ ਦੇ ਵਿੱਚ ਲਗਾਤਾਰ ਚੋਰੀ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਜਿਨ੍ਹਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਅਜਿਹਾ ਹੀ ਇੱਕ ਤਾਜ਼ਾ ਮਾਮਲਾ नाभा तो सामने आया है जिथे कि एक रेहड़ी चालक अपनी रेहड़ी ते चीनी दे थैले छड्डन जा रहा सी तां पिछों दो चोर मोटरसाइकिल ते सवार हो के आउंदे ने अते रेहड़ी दे विचों एक 50 किलो चीनी दा थैला चोरी करके रफू चक्कर हो जांदे ने जिसकी एक सीसीटीवी वीडियो भी सामने आई है जिवें कि तुसीं सीसीटीवी दे विच देख सकदे हो कि किवें दो चोर मोटरसाइकिल ते सवार हो के आउंदे ने अते रेहड़ी दे विचों एक चीनी का थैला चोरी करते हैं मिंटा सकिंटा दे विच फरार हो जाते हैं। पहला तो रेहड़ी चालक नूं इस बारे पता नहीं चलिया, जदों उसनूं पता चलिया कि उसकी रेहड़ी विचों एक चीनी का थैला घट है तो उस तों बाद सीसीटीवी कैमरे खंगाले गए, जिस तों बाद पता चलिया कि दो शातर चोरां वालों दो मोटरसाइकिल सवार शातर चोरां वालों इस चोरी की घटना नूं अंजाम दिता गया है। तो हुण रेहड़ी चालक अते रेहड़ी दे मालक वालों इंसाफ की मांग की जा रही है। अपने आस पास अते छोटियां वड्डियां खबरां देखण दे लई जुड़े रहो वॉइस पंजाब टाइम दे नाल। अपना रेहड़ी वाला 15 कट्टे चीनी दी लैके गया सी सरकुलर रोड ते, उत्थे वो दुकानदार दे चीनी उतार रहा सीगा, उतारदे उतारदे अपने पिछों दो मतलब बंदे आए अपने मोटरसाइकिल ते कट्टा चक के लै गए जी। किन्ने दा सी कट्टा? कट्टा 2110 रुपए दा कट्टा जी। किन्ने कट्टे लै गए? एक कट्टा जी। तुहाडा लेबर वाला कित्थे गया सी? कार लेबर वाला कट्टा लैके अंदर अगले दे गोडाउन च माल उतार रहा सी। ਕਾਦੇ ਤੇ ਸੀ ਬੰਦੇ ਜਿਹੜੇ ਆਏ? ਮੋਟਰਸਾਈਕਲ ਤੇ ਜੀ। ਕੋਈ ਸੀਸੀਟੀਵੀ ਵੀ ਆਈ ਸਾਹਮਣੇ? ਸੀਸੀਟੀਵੀ ਆ ਰਹੀ ਹੈ ਜੀ, ਉਹਦੇ ਵਿੱਚ ਬੈਕ ਸਾਈਡ ਤੇ ਨੰਬਰ ਪਲੇਟ ਕੋਈ ਲੱਗੀ ਆ ਨਹੀਂ ਰਹੀ ਜੀ, ਜੇ ਫਰੰਟ ਵਿੱਚ ਸਿਰਫ PV11 ਨੰਬਰ ਆ ਰਿਹਾ ਜੀ, ਹੋਰ ਕੋਈ ਨੰਬਰ ਆ ਨਹੀਂ ਰਿਹਾ। ਤੁਸੀਂ ਕੀ ਮੰਗ ਕਰਦੇ ਹੋ ਜਿਹੜੀਆਂ ਚੋਰੀ ਹੁੰਦੇ ਨੇ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਤੇ ਮਤਲਬ ਗੌਰ ਕੀਤਾ ਜਾਵੇ ਤੇ ਆਪਣੇ ਸ਼ਹਿਰ ਵਾਸੀ ਸੁਰੱਖਿਅਤ ਹੋ ਸਕਣ ਜੀ। ਉਸ ਦੇ ਵਿੱਚ ਤਾਂ ਇਹੀ ਆ ਰਿਹਾ ਜੀ, ਇੱਕ ਬੰਦਾ ਪਹਿਲਾਂ ਆਉਂਦਾ ਮੋਟਰਸਾਈਕਲ ਦੋਨੋਂ ਜਣੇ ਅੱਗੇ ਜਾ ਕੇ ਪਹਿਲਾਂ ਦੇਖਦੇ ਨੇ ਕੋਈ ਹੈ ਤਾਂ ਨਹੀਂ, ਫਿਰ ਵਾਪਸ ਮੁੜ ਕੇ ਆਉਂਦੇ ਨੇ ਕੱਟਾ ਚੱਕ ਕੇ ਨਾਲ ਦੀ ਨਾਲ ਫਰਾਰ ਹੋ ਜਾਂਦੇ ਨੇ। ਮੋਟਰਸਾਈਕਲ ਦਾ ਨੰਬਰ ਹੈਗਾ ਜੀ? ਨਹੀਂ, ਨੰਬਰ ਬੈਕ ਸਾਈਡ CCTV 'ਚ ਬੈਕ ਸਾਈਡ ਜੋ ਆ ਰਿਹਾ ਪਲੇਟ ਲੱਗੀ ਨਹੀਂ ਹੋਈ ਜੀ, ਜਿਹੜੀ ਫਰੰਟ ਵਾਲੀ ਦਾ ਸਿਰਫ ਉਹਦੇ PV11 ਨੰਬਰ ਹੀ ਸ਼ੋ ਕਰ ਰਿਹਾ, ਹੋਰ ਕੋਈ ਆ ਨਹੀਂ ਰਿਹਾ ਜ਼ਿਆਦਾ। ਕਿਸ ਤਰ੍ਹਾਂ ਦਾ ਹੁਲੀਆ ਜਿਵੇਂ ਦੇਖਿਆ CCTV 'ਚ? ਦੇਖਣ ਤਾਂ ਇਹ ਲੱਗ ਰਿਹਾ ਨਹੀਂ, ਬਸ ਪ੍ਰੋਫੈਸ਼ਨਲ ਨਹੀਂ ਇਸ ਕੰਮ ਦੇ। ਚੀਨੀ ਦੇ ਕੱਟੇ ਕਿੱਥੇ ਲੈ ਕੇ ਜਾ ਰਹੇ ਸੀ ਤੇ ਕੀ ਹੋਇਆ ਉੱਥੇ? ਅਸੀਂ ਐਵੇਂ ਸਾਡੇ 10 ਵਜੇ ਟਾਈਮ ਸੀ, ਅਸੀਂ ਸਰਕੂਲ ਰੋਡ ਤੇ ਗਏ ਸੀ ਚੀਨੀ ਲੈ ਕੇ 15 ਕੱਟੇ, ਬਸ ਉੱਥੇ ਜਾ ਕੇ ਲਾਉਣ ਲੱਗੇ ਸੀ ਅਤੇ ਉੱਥੇ ਵੀ ਆਉਂਦੇ ਨੇ ਲਾਗੇ ਅੰਦਰ, ਮੈਂ ਕੱਟੇ ਰੇਹੜੀ 'ਚ ਹੈਗੇ ਸੀ ਬੱਚੇ, ਮੈਂ ਅੰਦਰ ਗਿਆ ਹੋਇਆ ਸੀ, ਬਸ ਇੰਨੇ 'ਚ ਮੁੜ ਕੇ ਆ ਕੇ ਕੱਟਾ ਗਾਇਬ ਹੋ ਗਿਆ। ਤੁਸੀਂ ਕੀ ਦੇਖਿਆ? ਅਸੀਂ ਦੇਖੇ ਆ ਕੇ ਜਿੰਨੇ ਕੱਟੇ ਮੈਂ ਛੱਡ ਗਿਆ ਸੀ ਉਹਦੇ ਕੱਟਾ ਘੱਟ ਹੈ ਜੀ। ਚੋਰ ਕਾਹਦੇ 'ਤੇ ਆਏ ਸੀਗੇ? ਉਹ ਤਾਂ ਮੋਟਰਸਾਈਕਲ 'ਤੇ ਸੀ। ਕਿੰਨੇ ਜਣੇ ਸੀ? ਦੋ ਬੰਦੇ ਸੀ ਜੀ। ਤੁਹਾਡਾ ਪਿੱਛਾ ਵੀ ਕਰਦੇ ਸੀ ਪਹਿਲਾਂ? ਨਾ, ਪਿੱਛੇ ਮੈਂ ਦੇਖਿਆ ਸੀ ਪਹਿਲਾਂ ਕੋਈ ਨਹੀਂ ਸੀ ਉੱਥੇ, ਸਿੱਧੇ ਉਹ ਆਏ ਨੇ ਰੋਡ ਤੋਂ, ਬਸ ਥੋੜ੍ਹਾ ਮੋਟਰਸਾਈਕਲ ਅੱਗੇ ਲੱਗ ਗਏ ਨੇ, ਉਹ ਤੋਂ ਬੈਗ ਆਏ ਨੇ, ਬਸ ਇੱਕ ਬੰਦਾ ਪਹਿਲਾਂ ਉੱਤਰ ਗਿਆ, ਇੱਕ ਮੋਟਰਸਾਈਕਲ ਲੱਗ ਗਿਆ। ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ, ਕੱਲ੍ਹ ਕੁਛ ਕਰ ਦਿੰਦੇ? ਉਹ ਤਾਂ ਹੈ ਜੀ, ਇਹਦਾ ਜਾਂਦੇ ਜਾਂਦੇ ਖੋਲ੍ਹਣ ਦੇ ਰਸਤੇ 'ਚ ਜੀ।